ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬਲੇ ਕੁਝ ਗ੍ਰੰਥਾਂ ਤੇ ਧਰਮਾਂ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਅੰਮ੍ਰਿਤ ਵੇਲੇ ਉੱਠ ਇਹ ਚੀਜ਼ ਨੂੰ ਜ਼ਰੂਰ ਖਾ ਤੇ ਓਮ ਨੂੰ ਕ ਗਰੀਬ ਤੋਂ ਅਮੀਰ ਬਣ ਜਾਂਦਾ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਜੋ ਵੀ ਅੰਮ੍ਰਿਤ ਵੇਲੇ ਇਹ ਚੀਜ਼ ਖਾ ਲਿੰਦਾ ਉਹਦੇ ਕਰਮਾਇਆ ਬਰਕਤ ਬੜੀ ਜਲਦੀ ਆ ਕੇ ਵਾਸਾ ਕਰ ਲੈਂਦੀ ਹੈ ਉਹ ਹਮੇਸ਼ਾ ਖੁਸ਼ੀਆਂ ਪ੍ਰਾਪਤ ਕਰਦੇ ਅੰਮ੍ਰਿਤ ਵੇਲੇ ਨੂੰ ਸਭ ਆਪਣਾ ਸੰਪੂਰਨ ਧਨ ਤੇ ਸੁਖ ਮੰਨਦੇ ਨੇ ਮੰਨ ਲਵੋ ਜੀ ਜ਼ਿੰਦਗੀ ਵਿੱਚ ਕਿਸਮਤ ਵਿੱਚ ਹਨੇਰਾ ਆ ਗਿਆ ਤੇ ਉਹਦੇ ਲਈ ਆਪਾਂ ਕੀ ਕਰਾਂਗੇ ਉਸ ਲਈ ਆਪਾਂ ਕੁਝ ਪ੍ਰਯਾਸਤਾ ਕਰਾਂਗੇ ਨਾ ਕੁਝ ਗ੍ਰੰਥਾਂ ਦੀ ਇਹ ਮੰਨਣਾ ਕਿ ਕਾਮਯਾਬ ਜਿਵਨ ਲਈ ਸਵੇਰ ਦਾ ਜੇ ਸੁਖ ਮਿਲ ਜੇ ਫਿਰ ਉਹ ਸਭ ਕਿਰਪਾ ਆਪਾਂ ਹਾਸਲ ਕਰ ਲੈਣੀ ਹੈ ਇਸ ਲਈ ਸਵੇਰ ਦੀ ਸ਼ੁਰੂਆਤ ਨੂੰ ਬੜੀ ਜ਼ਿਆਦਾ ਪਹਿਲ ਦਿੱਤੀ ਗਈ ਹੈ ਇਸ ਲਈ ਹਰ ਕੰਮ ਨੂੰ ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਕਰੋ ਜੋ ਮਨੁੱਖ ਸੂਰਜ ਚੜਨ ਤੋਂ ਪਹਿਲਾਂ ਇਹ ਚੀਜ਼ ਖਾ ਲੈਂਦੇ ਉਸ ਦੇ ਕਰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਐਵੇਂ ਦੇ ਮਨੁੱਖ ਦਾ ਕਰ ਸੁੱਖ ਸੰਪਤੀ ਤੇ ਬਰਕਤ ਨਾਲ ਭਰਿਆ ਰਹਿੰਦੇ ਤੇ ਮਿਹਰ ਦਾ ਫਲ ਪ੍ਰਾਪਤ ਕਰਦੇ ਤੇ ਕੁਝ ਕੰਮ ਹੋਰ ਵੀ ਕਰਨੇ ਚਾਹੀਦੇ ਨੇ ਜਿਵੇਂ ਉਠਣ ਅਨਸਾਰ ਸ਼ੁਕਰਾਨਾ ਜ਼ਰੂਰ ਕਰੋ ਜੋ ਵੀ ਆਪਣੇ ਕੋਲ ਹੈ ਇਸ ਨਾਲ ਸਕਾਰਾਤਮਕ ਤਾਕਤ ਦਾ ਵਾਸਾ ਬਣਿਆ ਰਹਿੰਦਾ ਐਵੇਂ ਦੇ ਮਨੁੱਖ ਹਮੇਸ਼ਾ ਵੱਡੀ ਜਿੱਤ ਹਾਸਲ ਕਰਦੇ ਇਸ ਨਾਲ ਮਾਨੰਦਰ ਇੰਨੀ ਤਾਕਤ ਆਉਂਦੀ ਹੈ ਜੋ ਕੰਮ ਨਹੀਂ ਵੀ ਬਣਦਾ ਸੀ ਨਾ ਉਹ ਵੀ ਬਣਨਾ ਆਰੰਭ ਹੋ ਜਾਵੇਗਾ ਜੋ ਵੀ ਕੰਮ ਸ਼ੁਰੂ ਕਰੋਗੇ ਉਹਨੇ ਪ੍ਰੇ ਚੜਨ ਲੱਗ ਜਾਏਗਾ ਕਿਉਂਕਿ ਅੰਦਰ ਇੰਨੀ ਸਕਾਰਾਤਮਕਤਾ ਵਾਸਾ ਹੋ ਜਾਵੇਗਾ ਫਿਰ ਗੱਲ ਹੁੰਦੀ ਹੈ ਜਦੋਂ ਇਸ਼ਨਾਨ ਕਰੋ ਤਾਂ ਮੂਲ ਮੰਤਰ ਦਾ ਨਾਲ ਜਾਪ ਆਰੰਭ ਕਰ ਦੋ ਜਦੋਂ ਆਪਾਂ ਐਵੇਂ ਕਰਾਂਗੇ ਜੋ ਵੀ ਮਨ ਦੀ ਮੈਲ ਸੀ ਉਹ ਤਾਂ ਉਤਰਨੀ ਆਰੰਭ ਹੋ ਹੀ ਜਾਵੇਗੀ ਪਰ ਅਤ ਦੀ ਨਿਮਰਤਾ ਮਨ ਅੰਦਰ ਆ ਜਾਵੇਗੀ ਮੂਲ ਮੰਤਰ ਮਨੁੱਖ ਦੀ ਇਕਾਗਰਤਾ ਵਿੱਚ ਵਾਧਾ ਕਰ ਦਿੰਦਾ ਹੈ। ਪੁਰਾਤਨ ਗ੍ਰੰਥਾਂ ਤੇ ਸਿਆਣੇ ਲੋਕ ਇਹ ਮੰਨਦੇ ਆ ਕਿ ਸਵੇਰੇ ਉੱਠ ਕੇ ਦਹੀਂ ਖਾਣਾ ਚਾਹੀਦਾ। ਮਨੁੱਖ ਸਿਹਤ ਨੂੰ ਸਿਹਤਿਆਬ ਵੀ ਰਹਿੰਦਾ ਤੇ ਸਰੀਰ ਨੂੰ ਕੋਈ ਦੁੱਖ ਵੀ ਨਹੀਂ ਰਹਿੰਦਾ। ਤੇ ਉੱਥੇ ਵਿਗਿਆਨ ਵੀ ਇਹ ਮੰਨਦਾ ਹੈ ਵੀ ਜੇ ਸਵੇਰੇ ਉੱਠ ਕੇ ਦਹੀਂ ਖਾਓ ਤੇ ਸੇਬ ਖਾਓ ਤੇ ਇਹਦੇ ਨਾਲ ਕੀ ਹੁੰਦਾ ਹੈ ਡਾਕਟਰ ਕੋਲ ਕਦੇ ਜਾਣ ਦੀ ਲੋੜ ਨਹੀਂ ਪੈਂਦੀ। ਇੱਕ ਨਾ ਇੰਗਲਿਸ਼ ਦੀ ਕਹਾਵਤ ਵੀ ਹੈ ਐਪਲ ਅਡੇ ਕੀਪ ਡਾਕਟਰਸ ਅਵੇ ਜੇ ਉਹ ਨਾਲ ਪ੍ਰਾਤਨ ਗ੍ਰੰਥ ਤੇ ਸਿਆਣੇ ਜੋ ਲੋਕ ਨੇ ਤੇ ਧਰਮ ਨੇ ਉਹ ਇਹ ਮੰਨਦੇ ਨੇ ਕਿ ਇਹਦੇ ਨਾਲ ਜੋ ਭਾਗ ਨੇ ਕਿਸਮਤ ਹੈ ਤੇ ਉਹ ਵੀ ਜਾਗ ਜਾਂਦੀ ਜੋ ਖਾਲੀ ਪੇਟ ਸਵੇਰੇ ਉੱਠ ਕੇ ਦਹੀਂ ਖਾਂਦੇ ਵੀ ਉਹਦੇ ਕਰ ਕਿਸੇ ਚੀਜ਼ ਦੀ ਤੋਟ ਨਹੀਂ ਰਹਿੰਦੀ ਹੁਣ ਗੱਲ ਕਰਦੇ ਆ ਗੁਰਮਤ ਅਨੁਸਾਰ ਕਿਸਮਤ ਵਿੱਚ ਸਿਰਫ ਅੰਮ੍ਰਿਤ ਵੇਲੇ ਨੂੰ ਪੈਲ ਦਿੱਤੀ ਗਿਆ ਵੀ ਅੰਮ੍ਰਿਤ ਵੇਲਾ ਸੰਭਾਲੋ ਜੋ ਜਿਵੇਂ ਦੂਸਰੇ ਗ੍ਰੰਥਾਂ ਵਿੱਚ ਧਰਮਾਂ ਵਿੱਚ ਕਿਹਾ ਗਿਆ ਹੈ ਉਸਦੇ ਵਿੱਚ ਇੱਕ ਇਹ ਵੀ ਕਾਰਨ ਹੈ ਕਿ ਜੋ ਦਹੀਂ ਹੈ ਨਾ ਇਹਦੇ ਵਿੱਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ। ਦਹੀਂ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਇਸ ਵਿੱਚ ਇੰਨੇ ਚੰਗੇ ਬੈਕਟੀਰੀਆ ਹੁੰਦੇ ਨੇ ਜੋ ਪਾਚਨ ਨੂੰ ਵਧੀਆ ਕਰ ਦਿੰਦੇ ਨੇ। ਜੇsta ਵੀ ਪੇਟ ਖਰਾਬ ਰਹਿੰਦਾ ਉਹ ਖਾਲੀ ਪੇਟ ਦਹੀਂ ਜ਼ਰੂਰ ਖਾਓ। ਜਿਨ੍ਹਾਂ ਦੇ ਚਮੜੀ ਦੇ ਮੂੰਹ ਦੇ ਉੱਤੇ ਕਈ ਵਾਰ ਪਿੰਪਲ ਹੋ ਜਾਂਦੇ ਨੇ, ਜਾਂ ਚਮੜੀ ਦੇ ਉੱਤੇ ਖਾਰਿਸ਼ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੇ ਦਾਗ ਪੈਂਦੇ ਨੇ, ਜਾਂ ਵਾਲ ਮਜ਼ਬੂਤ ਨਹੀਂ, ਵਾਲ ਛੱਡਦੇ ਨੇ ਜਾਂ ਕਿਸੇ ਤਰ੍ਹਾਂ ਦੇ ਸਰੀਰ ਤੇ ਗਨ ਜਿਵੇਂ ਵਾਲ ਨੇ ਉਤੇ ਗੰਜਾ ਪੈਨੇ ਤਾਂ ਜੋ ਹੈ ਚਮੜੀ ਤੇ ਵਾਲਾਂ ਲਈ ਨਾ ਦਹੀਂ ਵਰਦਾਨ ਵਾਂਗ ਕੰਮ ਕਰਦਾ ਵਾਲਾਂ ਨੂੰ ਬੜੀ ਜਿਆਦਾ ਮਜ਼ਬੂਤੀ ਦਿੰਦਾ ਦਹੀਂ ਵਿੱਚ ਵਿਟਾਮਿਨ ਡੀ ਹੁੰਦਾ ਹੈ ਕੈਲਸ਼ੀਅਮ ਹੁੰਦਾ ਹੈ ਪ੍ਰੋਟੀਨ ਹੁੰਦਾ ਹੈ ਜੋ ਹੱਡੀਆਂ ਨੂੰ ਬੜਾ ਜਿਆਦਾ ਮਜ਼ਬੂਤ ਕਰ ਦਿੰਦਾ ਕਈਆਂ ਦੇ ਨਾ ਗੋਡੇ ਦੁਖਦੇ ਨੇ ਉਹ ਜ਼ਰੂਰ ਦਹੀਂ ਖਾਓ ਕਈਆਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਵੀ ਖਾਲੀ ਪੇਟ ਦਹੀਂ ਖਾਓ ਉਹਦੇ ਨਾਲ ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ ਆਪਣੇ ਅੰਦਰ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਹੈ ਨਾ ਕਿ ਕਿਸੇ ਵਾਇਰਸ ਜਾਂ ਹੋਰ ਕਿਸੇ ਵੀ ਰੋਗ ਨਾਲ ਲੜਨ ਲਈ ਬਹੁਤ ਜ਼ਿਆਦਾ ਸ਼ਮਤਾ ਆ ਜਾਂਦੀ ਤੇ ਰੋਗ ਨੇੜੇ ਵੀ ਨਹੀਂ ਆਉਂਦੇ ਪਰ ਦਹੀਂ ਵਿੱਚ ਨਾ ਕਦੇ ਵੀ ਲੂਣ ਪਾ ਕੇ ਨਾ ਖਾਓ ਜਦੋਂ ਆਪਾਂ ਲੂਣ ਪਾ ਦਿੰਦੇ ਆ ਨਾ ਤਾਂ ਦਹੀਂ ਜ਼ਹਿਰ ਵਾਂਗ ਕੰਮ ਕਰਦਾ ਦਹੀਂ ਵਿੱਚ ਹਮੇਸ਼ਾ ਗੁੜ ਪਾਓ ਸ਼ੱਕਰ ਪਾਓ ਜਾਂ ਮਿਸ਼ਰੀ ਪਾ ਕੇ ਖਾਓ ਏਸੀ ਵੀ ਖਾਲੀ ਪੇਟ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਆਪਾਂ ਕਿਹੜੀ ਚੀਜ਼ ਖਾਣੀ ਫਿਰ ਆਓ ਇਹ ਜੋ ਚੀਜ਼ ਹੈ ਇਹ ਜ਼ਰੂਰ ਖਾਈਏ ਅਤੇ ਆਪਣੇ ਸਰੀਰ ਵਿੱਚ ਵਸ ਰੱਖੀਏ ਅਤੇ ਜੋ ਹੋਰ ਲੋਕੀ ਮੰਨਦੇ ਨੇ ਬੇਨਲ ਭਾਗ ਖੁੱਲਦੇ ਨੇ ਤਾਂ ਜੋ ਉਹਨਾਂ ਦੀ ਮੰਨਣਾ ਉਹ ਮੰਨਣ ਤੇ ਤੁਸੀਂ ਅੰਮ੍ਰਿਤ ਵੇਲਾ ਉੱਠ ਕੇ ਸੰਭਾਲੋ ਜ਼ਰੂਰ ਇਸ਼ਨਾਨ ਕਰਕੇ ਪਾਠ ਕਰੋ ਪਤਾ ਵੀ ਖਾਲੀ ਪੇਟ ਦਹੀਂ ਖਾਣ ਨਾਲ ਇੰਨੇ ਜ਼ਿਆਦਾ ਫਾਇਦੇ ਨਹੀਂ ਤੇ ਆਪਾਂ ਸਭ ਵੀ ਜ਼ਰੂਰ ਖਾਈਏ